स्वागत है जी ਤੁਹਾਡਾ एक बार फिर तो फिट इन पाइप ਦੇ ਵਿੱਚ। ਤੇ ਅੱਜ ਆਪਾਂ ਜੋ ਵਰਕਆਊਟ ਕਰਨ ਜਾ ਰਹੇ ਹਾਂ ਉਹਦੇ ਵਿੱਚ ਜੁੰਬਾ ਰੂਟੀਨ ਦੇ ਵਿੱਚ ਡੇਲੀ ਜਿਸ ਤਰ੍ਹਾਂ ਆਪਾਂ ਵਾਰਮ ਅਪ ਕਰਦੇ ਹਾਂ ਐਂਡ ਆਫਟਰ ਦੈਟ ਫਿਰ ਆਪਾਂ ਜੁੰਬਾ ਕਰਾਂਗੇ ਫਿਰ ਥੋੜਾ ਸਟ੍ਰੈਚ ਕਰਾਂਗੇ। ਤੇ ਬੇਸਿਕਲੀ ਕੀ ਹੈ ਕਿ ਅੱਜ ਦਾ ਵਰਕਆਊਟ ਜਿਹੜਾ ਇੱਕ ਹੈਗਾ ਇਹ ਬੱਚਿਆਂ ਦੀ ਹਾਈਟ ਇਨਕਰੀਜ਼ ਵਾਸਤੇ ਜਾਂ ਫੁੱਲ ਬਾਡੀ ਵਰਕਆਊਟ ਜੋ ਹੈ ਉਹ ਆਪਾਂ ਇਹਦੇ ਵਿੱਚ ਐਡ ਆਨ ਕੀਤਾ ਹੈ। ਤੋ ਆਈ ਥਿੰਕ ਤੁਸੀਂ ਇੰਜੋਏ ਕਰੋਗੇ ਇਸ ਨੂੰ। ਵਰਕਆਊਟ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਵਾਰਮ ਅਪ ਕਰਾਂਗੇ ਸਟੈਪਸ 20-20 ਰੈਪੀਟੇਸ਼ਨਸ ਦੇ 3 ਸੈਟਸ। ਤੋ ਇਹ ਐਕਸਰਸਾਈਜ਼ ਆਪਾਂ ਘਰ ਦੇ ਵਿੱਚ ਕੋਈ ਵੀ ਆਪਣੇ ਕੋਲ ਥੋੜ੍ਹਾ ਹਾਈਟ ਦੇ ਵਿੱਚ 2-4 ਇੰਚਸ ਦੇ ਕੋਈ ਵੁਡਨ ਪਿਆ ਹੈ ਜਾਂ ਕੁਛ ਪਲਾਸਟਿਕ ਦਾ ਹਾਰਡ ਜੋ ਹੈਵੀ ਹੈ ਥੋੜ੍ਹਾ ਉਹਨੂੰ ਰੱਖ ਕੇ ਅਤੇ ਸਟੈਪਸ ਕਰ ਸਕਦੇ ਹਾਂ। ਠੀਕ ਹੈ ਜੀ, ਇੰਜੋਏ ਕੀਤਾ ਤੁਸੀਂ ਜੁੰਬਾ ਐਂਡ ਹੁਣ ਕਰਾਂਗੇ ਆਪਾਂ ਸਟ੍ਰੈਚਿੰਗ। ਇਹ ਜੋ ਸਟ੍ਰੈਚਿੰਗ ਹੈ ਇਹ ਆਪਣੀ ਹਾਈਟ ਇਨਕਰੀਜ਼ ਵਾਸਤੇ ਕਾਫੀ ਹੈਲਪਫੁੱਲ ਹੈ। ਸੋ ਇਹ ਸੀਗਾ ਜੀ ਅੱਜ ਦਾ ਵਰਕਆਊਟ ਜਿਹਦੇ ਵਿੱਚ ਆਪਾਂ ਵਾਰਮ ਅਪ ਦੇ ਨਾਲ ਨਾਲ ਜੁੰਬਾ ਇੰਜੋਏ ਕੀਤਾ ਅਤੇ ਨਾਲ ਸਟ੍ਰੈਚਿੰਗ ਜੋ ਕਿ ਇੱਕ ਹਾਈਟ ਇਨਕਰੀਜ਼ ਦੇ ਲਈ ਬੱਚਿਆਂ ਦੇ ਵਾਸਤੇ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੈਗਾ। ਉਮੀਦ ਕਰਦਾ ਕਿ ਤੁਸੀਂ ਅੱਜ ਦਾ ਵਰਕਆਊਟ ਜੋ ਹੈ ਕਾਫੀ ਇੰਜੋਏ ਕੀਤਾ ਹੋਵੇਗਾ ਅਤੇ ਅਗਲਾ ਵਰਕਆਊਟ ਦੇਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਸਾਂਝਾ ਮੁੱਦਾ ਦੇ ਨਾਲ।